ਮੇਰੀ ਕਹਾਣੀ ਵਿਦਿਆ ਵਿਚਾਰੀ ਉਸ ਪ੍ਰਾਈਵੇਟ ਸਕੂਲ ਚ ਨਵੇਂ ਸੈਸ਼ਨ ਸੰਬੰਧੀ ਦਾਖਲੇ ਸ਼ੁਰੂ ਸਨ ਨਵੀਆਂ ਕਲਾਸਾਂ ਦੀਆਂ ਨਵੀਆਂ ਕਿਤਾਬਾਂ ਸਕੂਲ ਹੀ ਬੈਠ ਕੇ ਇੱਕ ਦੁਕਾਨਦਾਰ ਵੇਚ ਰਿਹਾ ਸੀ ਭੀੜ ਲੱਗੀ ਹੋਈ ਸੀ ਪ੍ਰਿੰਸੀਪਲ ਦਾ ਚਪੜਾਸੀ ਸਾਰੇ ਮਾਪਿਆਂ ਨੂੰ ਗਾਈਡ ਕਰ ਰਿਹਾ ਸੀ ਕਿ ਕਿਤਾਬਾਂ ਇੱਥੋਂ ਹੀ ਖਰੀਦ ਲਓ ਸ਼ਹਿਰ ਚ ਹੋਰ ਕਿਤੋਂ ਨਹੀਂ ਮਿਲਣੀਆਂ ਜੀ ਤੇ ਮਾਪੇ ਅੱਗੇ ਹੋ ਹੋ ਕੇ ਕਿਤਾਬਾਂ ਦੇ ਪੈਕੇਟ ਖਰੀਦ ਰਹੇ ਸਨ ਜਿਵੇਂ ਕਰਫਿਊ ਲੱਗਣ ਦੀ ਅਨਾਉਂਸਮੈਂਟ ਹੋ ਗਈ ਹੋਵੇ ਉਸ ਦੁਕਾਨਦਾਰ ਦੀ ਇਸ ਵੇਲੇ ਮਨਾਪਲੀ ਸੀ ਉਹਨੇ ਵੀ ਆਪਣੇ ਬੱਚੇ ਦੀਆਂ ਕਿਤਾਬਾਂ ਖਰੀਦੀਆਂ ਜਦੋਂ ਨਵੀਆਂ ਕਲਾਸਾਂ ਸ਼ੁਰੂ ਹੋਈਆਂ ਤਾਂ ਬੱਚੇ ਨੇ ਘਰ ਆ ਕੇ ਦੱਸਿਆ ਕਿ ਇੱਕ ਕਿਤਾਬ ਦੇ ਕਈ ਵਰਕੇ ਗਾਇਬ ਸਨ ਉਹਦਾ ਬੱਚਾ ਰੋਣ ਲੱਗਾ ਸੀ ਕਿਉਂਕਿ ਮੈਡਮ ਨੇ ਉਹਨੂੰ ਕਲਾਸ 'ਚ ਸਾਰਿਆਂ ਸਾਹਮਣੇ ਸਜ਼ਾ ਦਿੱਤੀ ਸੀ ਉਸੇ ਵੇਲੇ ਉਸ ਦੁਕਾਨ ਤੇ ਗਿਆ ਜਿਨੇ ਸਕੂਲ ਚ ਕਿਤਾਬਾਂ ਵੇਚੀਆਂ ਸਨ ਲੇਕਿਨ ਉਸ ਨਾਲ ਦੀਆਂ ਸਾਰੀਆਂ ਪੁਸਤਕਾਂ ਖਤਮ ਹੋ ਚੁੱਕੀਆਂ ਸਨ ਇਹ ਕਿਤਾਬ ਤਾਂ ਤੁਹਾਨੂੰ ਅਗਲੇ ਮਹੀਨੇ ਮਿਲ ਸਕੇਗੀ ਸ਼ਹਿਰ ਚ ਤੁਹਾਨੂੰ ਹੋਰ ਕਿਸੇ ਕੋਲੋਂ ਮਿਲਣੀ ਵੀ ਨਹੀਂ ਦੁਕਾਨਦਾਰ ਦਵਾ-ਦਬ ਗਾਕਾ ਨੂੰ ਕਿਤਾਬਾਂ ਕਾਪੀਆਂ ਕੱਢ ਕੇ ਦੇਣ 'ਚ ਮਗਨ ਸੀ ਯਾਰ ਤੁਸੀਂ ਇਹੋ ਜਿਹੀਆਂ ਪੁਸਤਕਾਂ ਲਾਉਂਦੇ ਕਿਉਂ ਜਿਹੜੀਆਂ ਕਿਤੇ ਮਿਲਦੀਆਂ ਹੀ ਨਾ ਹੋਣ ਉਹਨੇ ਖਿੱਚ ਕੇ ਬੱਚੇ ਦੀ ਪਰੇਸ਼ਾਨੀ ਨੂੰ ਸਾਹਮਣੇ ਰੱਖਦੇ ਹੋਏ ਦੁਕਾਨਦਾਰ ਨੂੰ ਆਖਿਆ ਦੁਕਾਨਦਾਰ ਖੱਤਰੀ ਜੀ ਹਾਸੀ ਹੱਸਦਾ ਹੋਇਆ ਉਹਦੇ ਕੰਨ ਕੋਲ ਆਪਣਾ ਮੂੰਹ ਜੋੜ ਕੇ ਬੋਲਿਆ ਇਹ ਤੁਸੀਂ ਸਕੂਲ ਦੇ ਪ੍ਰਿੰਸੀਪਲ ਨੂੰ ਪੁੱਛਣਾ ਜਿਨੇ ਇਸ ਘਟਿਆ ਪ੍ਰਕਾਸ਼ਕ ਦੀਆਂ ਕਿਤਾਬਾਂ ਲਾਈਆਂ ਨੇ ਹਰ ਬੰਦਾ ਆਪਣਾ ਫਾਇਦਾ ਵੇਖਦਾ ਓਨੇ ਵੀ ਦੇਖਿਆ ਹੋਣਾ ਜ਼ਰੂਰ ਧੰਨਵਾਦ